ਟੁੱਟ ਜਾਵਾਂਗੇ। ਬਾਤ ਕਰੋ ਕਹਿੰਦੇ ਨੇ ਮਾਵਾਂ ਬੈਠੀਆਂ ਨੇ ਇੱਕ ਗੱਲ ਸੁਣਿਓ, ਮਾਂ ਚਾਹੇ ਆਪਣੇ ਬੱਚੇ ਨੂੰ ਚੋਰ ਬਣਾ ਦੇਵੇ, ਮਾਂ ਚਾਹੇ ਆਪਣੇ ਬੱਚੇ ਨੂੰ ਸੰਤ ਬਣਾ ਦੇਵੇ, ਇਹ ਸਾਡੇ ਤੇ ਡਿਪੈਂਡ ਹੈ। ਮੈਂ ਇੱਕ ਦਿਨ ਬਚਨ ਪੜ੍ਹ ਸੁਣ ਰਿਹਾ ਸੀ, ਭਾਈ ਗੋਇੰਦਵਾਲ ਸਿੰਘ ਹੋਣਾ ਕਹਿੰਦੇ, ਅਸੀਂ ਨਾ ਕਿਸੇ ਦੇ ਘਰ ਅੰਮ੍ਰਿਤਸਰ ਗਏ ਸ਼ਹਿਰ ਦੇ ਵਿੱਚ, ਸ਼ਹਿਰ ਦੇ ਵਿੱਚ ਗਏ ਤੇ ਮੈਨੂੰ ਕਿਸੇ ਦੇ ਘਰੇ ਕੰਮ ਸੀ, ਜਦੋਂ ਮੈਂ ਉੱਥੋਂ ਕੰਮ ਨਿਪਟਾਇਆ ਤੇ ਮੈਂ ਜਾਣ ਲੱਗਿਆ ਕਿ ਜਦੋਂ ਇੱਕ ਛੋਟਾ ਜਿਹਾ ਬੱਚਾ 7 ਸਾਲ ਦੀ ਉਮਰ ਹੈ, ਮੇਰੇ ਕੁੜਤੇ ਦੀ ਨੋਕ ਫੜ ਲਈ ਉਹਨੇ ਤੇ ਨੋਕ ਫੜ ਕੇ ਕਹਿੰਦਾ, ਬਾਬਾ ਜੀ ਮੇਰੀ ਇੱਕ ਬੇਨਤੀ ਹੈ। ਕਹਿੰਦੇ ਦੱਸੋ। ਕਹਿੰਦੇ ਮੈਨੂੰ ਨਾ 7 ਸਾਲ ਦੀ ਉਮਰ ਹੈ, ਮੈਨੂੰ ਨਾ 16-17 ਪੌੜੀਆਂ ਸ਼੍ਰੀ ਜਪਜੀ ਸਾਹਿਬ ਦੀਆਂ ਮੂੰਹ ਜਬਾਨੀ ਜਾਂਦੀਆਂ। 7 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਹੈ। ਤੇ ਕਹਿਣ ਲੱਗਾ, ਬਾਬਾ ਜੀ ਤੁਸੀਂ ਇੱਕ ਵਾਰ ਮੈਨੂੰ ਸੁਣੋ, ਮੈਂ ਸੁੱਧ ਪੜ੍ਹਦਾ ਕਿ ਗਲਤ ਪੜ੍ਹਦਾ। ਤੇ ਭਾਈ ਗੋਇੰਦਵਾਲ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮੈਂ ਸੋਚਿਆ ਮੈਨੂੰ ਫੈਮਲੀ ਵੀ ਮੇਰੇ ਕੋਲ ਹੈਗਾ, ਇੱਥੇ ਸਮਾਂ ਵੀ ਲੱਗਣਾ ਹੈ, ਪਰ ਇੱਕ ਬੱਚੇ ਦੀ ਸ਼ਰਧਾ ਟੁੱਟ ਜਾਵੇਗੀ। ਅੱਖੋ ਵਾਹਿਗੁਰੂ ਰੱਜ ਕੇ ਬੋਲੋ, ਭਾਈ ਸੰਗਤ ਬੋਲਿਆ ਕਰੋ, ਵਾਹਿਗੁਰੂ ਵਾਹਿਗੁਰੂ। ਮੈਨੂੰ 17 ਪੌੜੀਆਂ ਸ਼੍ਰੀ ਜਪਜੀ ਸਾਹਿਬ ਦੀਆਂ ਸੜਾਈਆਂ। ਤੇ ਕਹਿਣ ਲੱਗਾ, ਭਾਈ ਸੰਗਤ ਜੀ ਤੁਸੀਂ ਇੱਕ ਹਫ਼ਤੇ ਤੱਕ ਹੋਰ ਆ ਸਕਦੇ ਹੋ? ਕਹਿੰਦੇ ਦੱਸ, ਜੇ ਤੂੰ ਕਵੇਂਗਾ ਅਸੀਂ ਸਪੈਸ਼ਲ ਆਉਣ ਨੂੰ ਤਿਆਰ ਆ, ਪਰ ਕੰਮ ਕੀ ਹੈ? ਤੇ ਪਤਾ ਕੀ, ਵੇਖੋ ਐਸੀਆਂ ਮਾਵਾਂ, ਜੇ ਸਾਰੀ ਦੁਨੀਆਂ ਤੇ ਐਸੀ ਦੁਨੀਆਂ ਹੋ ਜਾਵੇ ਤੇ ਕਹਿੰਦੇ ਦੁਨੀਆਂ ਕਿਉਂ ਨਹੀਂ ਬਦਲ ਸਕਦੀ? ਕਹਿੰਦੇ ਇੱਕ ਹਫ਼ਤੇ ਤੱਕ ਹੋਰ ਆ ਸਕਦੇ ਹੋ? ਤੇ ਭਾਈ ਸਾਹਿਬ ਕਹਿੰਦੇ ਕਿਉਂ? ਕਹਿੰਦੇ ਮੇਰੀ ਮਾਂ ਕਹਿੰਦੀ ਹੈ, ਜਿੱਦਣ ਤੈਨੂੰ 25 ਪੌੜੀਆਂ ਆ ਗਈਆਂ ਨਾ, ਤੈਨੂੰ ਛੋਟੀ ਜਿਹੀ ਸਾਈਕਲ ਹੀ ਲੈ ਕੇ ਦਊਂ। ਤੇ ਮੇਰਾ ਮਨ ਹੈ ਕਿ ਮੈਂ ਸਾਈਕਲ ਲੈਣਾ ਛੋਟਾ, ਤੇ ਜਿੱਦਣ 25 ਪੌੜੀਆਂ ਹੋ ਗਈਆਂ, ਮੇਰੀ ਮਾਂ ਕਹਿੰਦੀ ਹੈ ਜਿੱਦਣ ਤੂੰ 25 ਪੌੜੀਆਂ ਮੈਨੂੰ ਮੰਟ ਸੁਣਾਵੇਗਾ, ਮੈਂ ਤੈਨੂੰ ਸਾਈਕਲ ਲੈ ਕੇ ਦਊਂ। ਵੇਖੋ ਕੈਸੀਆਂ ਮਾਵਾਂ, ਤੇ ਉਹ ਬੱਚਾ ਵੇਖੋ ਕਿੰਨਾ ਕੌਨਫੀਡੈਂਸ ਨਾਲ ਕਹਿੰਦੇ ਆ ਕਿ ਹਫ਼ਤੇ ਦੇ ਵਿੱਚ ਵਿੱਚ ਮੈਂ 25 ਪੌੜੀਆਂ ਯਾਦ ਕਰਾਂਗਾ। ਭਾਵੇਂ ਇੱਕ ਦੁਨਿਆਵੀ ਲਾਲਚ ਮਾਂ ਨੇ ਦਿੱਤਾ ਹੈ, ਸੰਗਤ ਜੀ ਜੋੜਿਆ ਤਾਂ ਹੈ, ਟੁੱਟ ਜਾਣਾ ਜ਼ਿੰਦਗੀ ਹੈ, ਟੁੱਟ ਜਾਣਾ ਮੌਤ ਹੈ। ਜਨਮ
ਮੈਂ ਨਾਨਕ ਸਰ ਜਾਣਾ। ਮਾਂ ਨੇ ਪਹਿਲਾਂ ਆਗਿਆ ਤਾਜੀ ਦਿੱਤੀ, ਫਿਰ ਚਲੋ ਜਿਵੇਂ ਸਮਾਂ ਬਣਿਆ ਕਹਿੰਦੇ ਚੁਣੇ ਜਾਂਦੇ ਨੇ। ਦੋ ਚਾਰ ਨਾਲ ਦੋਸਤ ਮਿੱਤਰ ਪਏ ਨੇ, ਇੱਕ ਦਾ ਨਾਮ ਇੱਕ ਬਚਨ ਸਿੰਘ ਆਉਂਦਾ, ਬਚਨ ਸਿੰਘ ਵੀ ਨਾਲ ਹੈ। ਭਾਈ ਕਿੰਨਾ ਭਾਵ ਕਿ ਬਾਬਾ ਕਿਸ਼ਨ ਸਿੰਘ ਜੀ ਮਾਂ ਕਹਿੰਦੇ ਤੁਰੇ ਜਾਂਦੇ ਨੇ, ਤੁਰੇ ਜਾਂਦੇ ਨੇ ਰਾਹ ਦੇ ਵਿੱਚ ਨਾ ਸਾਰੇ ਸਲਾਹ ਕਰਦੇ ਨੇ, ਕਹਿੰਦੇ ਭੁੱਖ ਬੜੀ ਲੱਗੀ ਹੈ, ਹੁਣ ਛਕੀਏ ਕੀ। ਬਚਨ ਸਿੰਘ ਕਹਿਣ ਲੱਗਾ, ਫਿਕਰ ਨਾ ਕਰੋ, ਮੇਰੇ ਇੱਥੇ ਲਾਗੇ ਸਹੁਰਾ ਪਰਿਵਾਰ ਹੈ, ਚਲੋ ਆਪਾਂ ਸਾਰੇ ਉਹਨਾਂ ਦੇ ਘਰ ਜਾਂਦੇ ਹਾਂ ਤੇ ਉੱਥੋਂ ਪ੍ਰਸ਼ਾਦਾ ਪਾਣੀ ਛਕਾਂਗੇ, ਫਿਰ ਨਾਨਕ ਸਾਹਿਬ ਗੁਰੂ ਵਾਤਾ ਹੋ ਜਾਵਾਂਗੇ। ਅੱਖੋਂ ਵਾਹਿਗੁਰੂ, ਫਿਰ ਨਾਨਕ ਸਾਹਿਬ ਗੁਰੂ ਵਾਤਾ ਹੋ ਜਾਵਾਂਗੇ। ਕਹਿੰਦੇ ਨੇ ਜਦੋਂ ਭਾਈ ਬਚਨ ਸਿੰਘ ਜੀ ਦੇ ਘਰੇ ਕੌਤਕ ਵਰਤਿਆ ਵੇਖੇ ਤੇ ਬਚਨ ਸਿੰਘ ਨੂੰ ਕਹਿਣ ਲੱਗੀ, ਪੁੱਤਰ ਮੈਂ ਸੁਣਿਆ ਤੇਰੇ ਪਿੰਡ ਦਾ ਮੁੰਡਾ ਹੈ ਜਿਹੜਾ ਹੁਣ ਨਾਨਕ ਸਾਹਿਬ ਸੇਵਾ ਕਰਾ ਰਿਹਾ, ਮੈਂ ਸੁਣਿਆ ਹੈ ਤੇਰੇ ਪਿੰਡ ਦਾ ਮੁੰਡਾ ਹੈ ਕੋਈ, ਉਹਨੇ ਹੁਣ ਵਾਂਗ ਦੋ ਸੰਭਾਲੀ ਹੈ, ਚੱਲ ਮੈਂ ਉਹ ਦਰਸ਼ਨ ਤਾਂ ਕਰਾ। ਬਚਨ ਸਿੰਘ ਜੀ ਦਾ ਜਨਮ ਭਾਈ ਜੀ ਕਹਿੰਦੇ ਨੇ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਾਹਿਬ ਦੀ ਧਰਤੀ ਤੇ ਵਿਰਾਜ ਦੇ ਨੇ। ਇਧਰੋਂ ਬਚਨ ਸਿੰਘ ਤੇ ਉਹਦੀ ਸੱਸ ਬਾਬਾ ਜੀ ਦੇ ਦਰਸ਼ਨਾਂ ਨੂੰ ਜਾ ਰਹੇ, ਕਹਿੰਦੇ ਜਦੋਂ ਨਾਨਕ ਸਾਹਿਬ ਪਹੁੰਚੇਗਾ ਤੇ ਬਾਬਾ ਈਸ਼ਰ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਕਹਿਣ ਲੱਗੇ, ਬਚਨ ਸਿਆ ਠੀਕ ਰਹਿੰਦਾ ਇਹਨਾਂ ਦੀ ਦਇਆ ਰਿਹਾ ਬੜੀ ਗੁਰੂ ਕਹਿੰਦੇ ਮੰਨੋ ਭਾਈ ਵਾਹਿਗੁਰੂ। ਕਹਿੰਦੇ ਨੇ ਧੰਨ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਸੇਵਾਦਾਰਾਂ ਨੂੰ ਬਿਨਾਂ ਕੁੰਭ ਜਲਾਂ ਤੋਂ ਕਹਿੰਦੇ ਕੁੰਭ ਦਾ ਜਲ ਲੈ ਕੇ ਆਓ, ਕੁੰਭ ਦਾ ਜਲ ਲੈ ਕੇ ਆਓ। ਕਹਿੰਦੇ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਉਹ ਜਲ ਦੇ ਪਾਠ ਕੀਤਾ, ਐਸੀ ਕਿਰਪਾ ਕੀਤੀ। ਕਹਿੰਦੇ ਮਾਈ ਦੀਆਂ ਅੱਖੀਆਂ ਵਿੱਚ ਜਿਵੇਂ ਕਿਵੇਂ ਛੱਡੇ ਮਾਰਦੇ ਨੇ ਜਲ ਦੇ, ਉਵੇਂ ਉਵੇਂ ਮਾਈ ਨੂੰ ਦਿਸਣ ਲੱਗ ਜਾਂਦਾ ਅੱਖੋਂ ਮਾਈ ਨੂੰ ਉਵੇਂ ਉਵੇਂ ਦਿਸਣ ਲੱਗ ਜਾਂਦਾ ਮਾਈ ਨੂੰ। ਤੇ ਬਚਨ ਸਿੰਘ ਨੂੰ ਕਹਿਣ ਲੱਗੇ, ਬਚਨ ਸਿਆ ਤੈਨੂੰ ਹੀ ਚੇਤਾ ਪੈ ਕੇ ਪੈਰੀ ਪੈ ਗਿਆ ਨੇ ਕਿ ਤੁਸੀਂ ਦਿਆਲੂ ਹੋ, ਤੁਸੀਂ ਕਿਰਪਾਲੂ ਹੋ, ਅਸੀਂ ਪਾਪੀ ਹੈ। ਕਹਿੰਦੇ ਬਚਨ ਸਿਆ ਤੂੰ ਕਿਸੇ ਸਮੇਂ ਸਾਨੂੰ ਕਹਿੰਦਾ ਸੀ ਤੇਰੇ ਕੋਲ ਢਾਲੇ ਨੇ ਦੇਣ ਨੂੰ, ਆ ਵੇਖ ਜਿਹੜੇ ਦੁਨੀਆਂ ਦੇ ਡਾਕਟਰ ਵੀ ਨਹੀਂ ਦੇ ਸਕਦੇ, ਮੇਰੇ ਬਾਪੂ ਨੇ ਕਿੰਨੀ ਕਿਰਪਾ ਕਰ ਦਿੱਤੀ, ਤੇਰੀ ਮਾਂ ਨੇ ਕਿੰਨਾ ਇਲਾਜ ਕਰਾਇਆ, ਇਹਨੂੰ ਦੱਸਿਆ ਨਹੀਂ, ਅੱਜ ਬਾਬਾ ਨੰਦ ਸਿੰਘ ਦੀ ਕਿਰਪਾ ਹੋਈ, ਤੇਰੀ ਮਾਂ ਇਹਨਾਂ ਦੋਵਾਂ ਅੱਖਾਂ ਦੇ ਨਾਲ ਸੰਸਾਰ ਨੂੰ ਦੇਖ ਸਕਦੀ। ਤੇ ਕਹਿੰਦੇ ਨੇ ਉਹ ਸਦਾ ਵੱਖਰੀ ਗੱਲ ਹੈ, ਜਦੋਂ ਮਹਾਂਪੁਰਸ਼ ਦੁਨੀਆਂ ਤੇ ਆਉਂਦੇ ਨੇ ਨਾ ਉਦੋਂ ਸਾਡੇ ਬੋਲੀਆਂ ਉਤਰਿਆ ਹੋਇਆ, ਉਦੋਂ ਬੋਲੀਆਂ ਉਤਰਿਆ ਹੁੰਦਾ ਸਾਨੂੰ ਦਿਸਦਾ ਨਹੀਂ ਕੋਈ, ਤੇ ਜਦੋਂ ਫਿਰ ਸੱਚਖੰਡ ਨੂੰ ਜਾਣ ਲੱਗਦੇ ਨੇ ਐਸਾ ਅੱਖੀਆਂ ਦਾ ਆਪਰੇਸ਼ਨ ਕਰ ਜਾਂਦੇ ਨੇ, ਜਿਹੜੀ ਮਿੰਨਤ ਹੁੰਦੇ ਨੇ ਉਹੀ ਫਿਰ ਬਾਬਾ ਜੀ ਨੂੰ ਪੁੱਜਦੇ ਨੇ। ਅੱਖੋਂ ਵਾਹਿਗੁਰੂ, ਸਾਰੀ ਸੰਗਤ ਇੱਕ ਵਾਰ ਬੋਲੋ ਧੰਨ ਬਾਬਾ ਈਸ਼ਰ ਸਿੰਘ ਜੀ, ਸਾਰੇ ਵੀਰ ਬੋਲੋ ਧੰਨ ਬਾਬਾ ਈਸ਼ਰ ਸਿੰਘ ਜੀ। ਸਤ ਸੰਗਤ ਜੀ, ਅੱਜ ਅਸੀਂ ਕਿਉਂ ਨਹੀਂ ਸਤਿਕਾਰ ਕਰਦੇ ਮਹਾਂਪੁਰਸ਼ਾਂ ਦਾ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੇ ਕਿੰਨਾ ਸਤਿਕਾਰ ਕੀਤਾ ਸਾਧੂਆਂ ਦਾ। ਇੱਕ ਵਾਰ ਪਿਤਾ ਤੇ ਵੀਰ ਪਈ ਹੈ ਜਿੱਥੇ ਆਖਿਆ ਜਾ ਸੌਦਾ ਕਰਕੇ ਆਈ, ਖੜਾ ਕਰਕੇ ਆਈ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ 20 ਰੁਪਈਆ ਦਾ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਇੱਕ ਵਾਰੀ ਦੁਨੀਆਂ ਦੇ ਕਿੱਡੇ ਕਿੱਡੇ ਰਾਜੇ ਨੇ, ਇੱਥੇ ਕਿੱਡੇ ਕਢਾਣ ਲੋਕ ਹੋਣਗੇ ਜਗਰਾਉਣ ਵਿੱਚ, ਕੋਈ ਉਹਨਾਂ ਨੂੰ ਯਾਦ ਕਰਦਾ ਨਹੀਂ।
ਰਾਜੇ ਕਿੰਨਾ ਨੂੰ ਕਹਿੰਦੇ ਆ ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਪਿੰਦਾ ਤੇ ਕਿਤੇ ਕਿਤੇ ਦੁਨੀਆ ਦੇ ਰਾਜੇ ਆ ਕੋਈ ਵੀ ਕਿਸੇ ਨੂੰ ਯਾਦ ਕਰਦਾ ਅੱਜ ਵੇਖੋ ਧੰਨ ਬਾਬਾ ਈਸ਼ਵਰ ਸਿੰਘ ਮਹਾਰਾਜ ਦੀਆਂ ਆਪਾਂ ਯਾਦਾਂ ਮਨਾਉਂਦੇ ਪਏ ਹਾਂ ਸੋਰੀ ਆਓ ਸਾਰੇ ਉਹਨਾਂ ਦੀ ਯਾਦ ਵਿੱਚ ਬੜੇ ਆ ਜੇ ਧੰਨ ਬਾਬਾ ਈਸ਼ਵਰ ਸਿੰਘ ਮਹਾਰਾਜ ਮੈਨੂੰ ਹੁਕਮ ਹੋਇਆ ਸੀ ਕਿ ਜ਼ਰੂਰ ਬੜੇ ਸਾਰੇ ਗਾਂਧੀ ਨਾਲ ਜੋੜ ਲਿਆ ਜੇ ਬੜੇ ਕੰਦੇ ਭੁੱਲਾ ਤੇਰੀ ਯਾਦ ਪਿਆਰਿਆ ਕੰਦੇ ਭੁੱਲਾ ਤੇਰੀ ਯਾਦ ਪਿਆਰਿਆ ਤੇਰੀ ਯਾਦ ਕੰਦੇ ਭੁੱਲਾ ਤੇਰੀ ਯਾਦ ਬੋਲੋ ਰੱਜ ਕੇ ਬੋਲੋ ਭਾਈ ਮੇਰਾ ਸਮਾਪਤੀ ਕਰ ਲਈ ਤੇਰੀਆਂ ਆਉਂਦੀਆਂ ਨੇ
ਤੂਫਾਨ ਨੇ, ਰੁਲਦੇ ਫਿਰਦੇ ਤੂਫਾਨ ਨੇ ਸੰਭਾਲ ਲਈ ਸੀ। ਯਾਦਾਂ ਆਉਂਦੀਆਂ ਬੜਾ ਹੀ ਰਵਾਉਂਦੀਆਂ ਨੇ, ਮੈਨੂੰ ਯਾਦਾਂ ਤੇਰੀਆਂ। ਸਾਰੀ ਸੰਗਤ ਵੱਲੋਂ ਧੰਨ ਬਾਬਾ ਈਸ਼ਰ ਸਿੰਘ ਜੀ, ਆਓ ਮੇਰਾ ਹੁਕਮ ਹੋਇਆ ਸੀ ਕਿ ਇੱਕ ਕਵਿਤਾ ਪੜ੍ਹਨੀ ਹੈ, ਸਾਜ ਬੰਦ ਕਰ ਦਿਓ ਸਾਰੇ। ਬਿਨਾਂ ਸਾਜਾਂ ਤੋਂ ਦਾਸ ਬਣੇਗਾ, ਨਾਲ ਨਾਲ ਸਾਰੇ ਕਿਰਪਾ ਕਰੇ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਦੋਂ ਦੀਆਂ ਤੁਹਾਡੇ ਚਰਨਾਂ ਨਾਲ ਲੱਗੀਆਂ ਨੇ ਨਾ, ਉਦੋਂ ਦੀ ਹੋਈ ਕਿਰਪਾ। ਸਾਨੂੰ ਕਿਵੇਂ ਪੁੱਛਣਾ ਸੀ ਕਿਵੇਂ ਲੋਕੀ ਪਲਕਾਂ ਤੇ ਸੱਜ ਕੇ ਬਿਠਾਉਂਦੇ ਨੇ, ਕੌਟੀਆਂ ਦਾ ਫੁੱਲ ਹੀਰਿਆਂ ਤੇ ਵਾਹਿਗੁਰੂ ਦਾ, ਇਹ ਤਾਂ ਮੇਰੀ ਵੀ ਹੈ ਸਭ ਮੇਰੀ ਵਜੇ ਆਈ ਹੈ ਯਾਰੀ, ਜਦੋਂ ਸੀ ਫਕੀਰਾਂ ਤੇਰੇ ਸਾਰੇ ਦਿਲ ਫੁੱਲ ਬਣਦਾ ਸੀ। ਯਾਰੀ ਜਦੋਂ ਦੀ ਕੀ ਜਦੋਂ ਦੀ ਫਕੀਰਾਂ ਤੇਰੇ ਨਾਲ ਲਾਈ ਏ, ਯਾਰੀ ਜਦੋਂ ਦੀ ਫਕੀਰਾਂ ਤੇਰੇ ਨਾਲ ਲਾਈ ਏ, ਯਾਰੀ ਜਦੋਂ ਦੀ ਫਕੀਰਾਂ ਤੇਰੇ ਨਾਲ ਲਾਈ ਏ, ਯਾਰੀ ਜਦੋਂ ਦੀ ਫਕੀਰਾਂ ਤੇਰੇ ਨਾਲ ਉਹਨਾਂ ਨੇ ਕਿੰਨਿਆਂ ਦੇ ਦੁੱਖ ਦੂਰ ਕੀਤੇ,
ਕਿੰਨਿਆਂ ਨੂੰ ਖੁਸ਼ੀਆਂ ਦਿੱਤੀਆਂ। ਅੱਜ ਸੱਚ ਜਾਣਿਓ ਕਿ ਮਨ ਕਰਕੇ ਬੈਠੇ ਨੇ ਨਾ, ਜੋ ਮਰਜ਼ੀ ਮੰਗ ਲਓ, ਜੇ ਇੰਨੀਆਂ ਸੰਗਤਾਂ ਤੇ ਕਿਰਪਾ ਹੋ ਸਕਦੀ ਹੈ ਕਿ ਸੰਗਤ ਜੀ ਸਾਡੇ ਤੇ ਕਿਉਂ ਨਹੀਂ ਅੱਖੋਂ ਵਾਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ। ਬਹੁਤ ਬਹੁਤ ਧੰਨਵਾਦ ਬਾਬਾ ਮੋਤੀ ਸਿੰਘ ਜੀ ਇਹਨਾਂ ਦਾ, ਜਿਹੜੇ ਉਪਰਾਲਾ ਕਰਦੇ ਨੇ ਤੇ ਨਾਲ ਜਿਹੜੇ ਸਿੰਘ ਨੇ ਵੀਰ ਨੇ ਗੁਰੂ ਆਸਰਾ ਗਰੁੱਪ ਬਣਾਇਆ। ਸੱਚੀ ਗੱਲ ਹੈ, ਗੁਰੂ ਦਾ ਹੀ ਆਸਰਾ। ਕਿੰਨੀ ਚੰਗੀ ਗੱਲ ਹੈ ਕਿ ਤੁਸੀਂ ਸਾਰੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦਿੰਦੇ ਹੋ। ਦੇਖੋ ਇਸ ਪਾਸੇ ਲੱਗੇ ਨੇ ਤੇ ਅੱਜ ਬਾਬਾ ਜੀ ਦੀ ਇਹ ਯਾਦ ਮਨਾ ਰਹੇ ਨੇ। ਸੰਗਤ ਜੀ ਸੱਚ ਜਾਂਦੇ, ਆਉਣ ਵਾਲੀ ਜਨਰੇਸ਼ਨ ਦਾ ਭਲਾ ਹੋਵੇਗਾ ਕਿ ਨਹੀਂ, ਕਿੰਨੀ ਕਿਰਪਾ ਹੋਵੇ। ਇਹਦੇ ਤੇ ਸਮਾਗਮ ਅਰੰਭਣੇ ਬੜੇ ਸੌਖੇ ਨੇ, ਪਰ ਉਹਨਾਂ ਨੂੰ ਜਦੋਂ ਤੋੜ ਚੜਾਈਏ ਉਦੋਂ ਪਤਾ ਲੱਗਦਾ। ਜੀਭ ਵੱਲ ਨਹੀਂ ਦੇਖਣਾ ਪੈਂਦਾ, ਜੀਭ ਵੱਲ ਨਹੀਂ ਦੇਖਣਾ ਪੈਂਦਾ। ਮੈਨੂੰ ਬਾਬਾ ਜੀ ਦੱਸਦੇ ਸਨ, ਬਾਬਾ ਮੋਤੀ ਜੀ, ਕਿ ਜਿਹਦੀ ਕੋਈ ਸ਼ਰਧਾ ਜੋ ਵੀ ਦੇ ਦੇਵੇ ਅਸੀਂ ਸਾਡੇ ਕਪਲ ਸਹੀ ਦਿੱਤੀ, ਤੇ ਕਿੰਨੀ ਵੱਡੀ ਕਿਰਪਾ। ਜਿੰਨੇ ਸਿੰਘ ਨਾਲ ਕਾਰਜ ਕਰਾਉਂਦੇ ਨੇ, ਮੋਢੇ ਨਾਲ ਮੋਢਾ ਜੋੜਦੇ ਨੇ, ਚੰਗੀ ਸਿੱਖਿਆ ਤੇ ਲੱਗੇ ਨੇ, ਜੇ ਅੱਜ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਨੇ, ਜੇ ਉਹਨਾਂ ਦੀ ਬਾਬਤ ਬੈਠੇ ਨੇ, ਸੱਚ ਜਾਣਿਓ ਕਿਰਪਾ ਇਹਨਾਂ ਦੀ ਇੱਕ ਦਿਨ ਹੋਵੇਗੀ ਕਿ ਨਹੀਂ, ਹੋਵੇਗੀ ਕਿ ਨਹੀਂ ਪਾਏਗੀ, ਹੋਏਗੀ। ਜੋ ਮਰਜ਼ੀ ਆਪਣੇ ਪਿਓ ਤੋਂ ਮੰਗ ਲੈਣ, ਆਪਣੇ ਬਾਪੂ ਤੋਂ ਮੰਗ ਲੈਣ, ਜਿਹਦੀ ਯਾਦ ਮਨਾ ਰਹੇ ਨੇ। ਆਪਾਂ ਤਾਂ ਅੱਜ ਬੈਠੇ ਹਾਂ, ਪ੍ਰਸ਼ਾਦਾ ਪਾਣੀ ਛਕਾ ਕੇ ਘਰਾਂ ਨੂੰ ਚਲੇ ਜਾਵਾਂਗੇ। ਦਾਸ ਨੇ ਵੀ ਕੀਰਤਨ ਕੀਤਾ ਗਿਆ, ਪਰ ਵੇਖੋ ਜਿਹੜਾ ਉਪਰਾਲਾ ਕਰਨਾ ਹੋਵੇ ਪਹਿਲਾਂ ਉਹਨੂੰ ਰੰਭਣਾ ਪੈਂਦਾ, ਫਿਰ ਸਾਡੇ ਦੀ ਸੈਟਿੰਗ ਕਰਨੀ ਪੈਂਦੀ ਹੈ, ਫਿਰ ਲੰਗਰ ਦਾ ਪ੍ਰਬੰਧ ਸੰਗਤ ਤੇ ਬੈਠਣ ਵਾਸਤੇ ਕਰਨੀ ਹੈ, ਸੰਗਤ ਦਾ ਪ੍ਰਬੰਧ ਕਰਨਾ ਪੈਂਦਾ। ਸਾਰੇ ਕਾਰਜ ਮਾਇਆ ਨਾਲ ਹੀ ਹੁੰਦੇ, ਮਾਇਆ ਤੋਂ ਬਿਨਾਂ ਤਾਂ ਕੁਛ ਨਹੀਂ। ਪਰ ਤੁਸੀਂ ਇੰਨਾ ਹੀ ਬੜਾ ਸਹਿਯੋਗ ਦਿੰਦੇ ਕਿ ਜਿਹੜੇ ਸਰਵਣ ਕਰਦੇ ਨੇ ਨਾਲ ਇਹਨਾਂ ਬੱਚਿਆਂ ਦੇ, ਜਿੰਨੇ ਵੀ ਸਿੰਘ ਨੇ, ਜਿੰਨੇ ਯੂਥ ਕਲੱਬ ਦੇ ਮੈਂਬਰ ਨੇ, ਗੁਰੂ ਆਸਰਾ ਗਰੁੱਪ, ਸੱਚੇ ਪਾਤਸ਼ਾਹ ਕਿਰਪਾ ਕਰੇ, ਸਦਾ ਹੀ ਮਹਾਰਾਜ ਦੀ ਸ਼ਕਲ ਛਾਇਆ ਕਰਦੇ ਰਹਿ। ਸੱਚ ਜਾਣਿਓ ਇਹ ਗਰੁੱਪ ਅੱਜ ਤੋਂ ਸਮੇਂ ਨੂੰ ਪਾ ਕੇ ਇੱਕ ਦਿਨ ਤਰੱਕੀ ਜ਼ਰੂਰ ਕਰੇ। ਕਿੰਨੇ ਮਹਾਂਪੁਰਸ਼ ਆਉਂਦੇ ਨੇ ਇੱਥੇ, ਫੇਮਸ ਹੋ ਰਿਹਾ ਨਾ, ਇਹਨਾਂ ਨੇ ਅੱਜ ਲਹਿਰ ਚਲਾਈ ਹੈ। ਆਉਣ ਵਾਲੇ ਜਨਰੇਸ਼ਨ ਕੀ ਇਸ ਲੀਗ ਤੇ ਜ਼ਰੂਰ ਚੱਲੇ, ਤੇ ਵੱਡਿਆਂ ਦਾ ਸਹਿਯੋਗ ਚਾਹੀਦਾ। ਬਾਬਾ ਜੀ ਬੈਠੇ ਨੇ, ਬਾਬਾ ਹਰਚੰਦ ਸਿੰਘ ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਦੇ ਮੋਢੇ ਨਾਲ ਮੋਢਾ ਜੋੜਦੇ ਨੇ, ਉਚੇਚੇ ਸੰਦੇ ਤੇ ਪਹੁੰਚਦੇ ਨੇ। ਬਾਬਾ ਜੀ ਦੀ ਅੰਸ਼ ਮਸਿਆ ਜਿਹਨਾਂ ਦੀ ਆਪਾਂ ਯਾਦ ਕਰ ਰਹੇ ਹਾਂ, ਇਹਨਾਂ ਦੇ ਵੀ ਚਰਨਾਂ ਦੇ ਨਾਲ ਸਦਾ ਲਾਉਂਦੇ, ਕਿਉਂਕਿ ਉਹਨਾਂ ਦੀ ਅੰਸ਼ ਮਸਿਆ ਨਾ ਦੂਣੇ ਉਹਨਾਂ ਦਾ ਬੜੀ ਕਿਰਪਾ ਇਹਨਾਂ ਦੇ ਵੀ। ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਸਾਰਿਆਂ ਦੀ ਗੱਲ, ਸਾਰੀ ਸੰਗਤ ਦੇ ਗੱਲ। ਇੱਕ ਸੱਚ ਜਾਣੇ ਉਹਨੇ ਕਈ ਵਾਰੀ ਦੇਖਦਾ ਹੁੰਦਾ ਕਿ ਭਾਵੇਂ ਜਨਮ ਦਿਨ ਬਣਾਈਏ, ਭਾਵੇਂ ਬਰਸੀ ਬਣਾਈਏ, ਕੋਈ ਦਿਨ ਬਣਾਈਏ, ਜਿਹੜੇ ਬਾਬਾ ਈਸ਼ਰ ਸਿੰਘ ਜੀ ਨੂੰ ਮੰਨਦੇ ਨੇ, ਅਸੀਂ ਸਿਹੋੜੇ ਵਾਲੇ ਮਹਾਂਪੁਰਸ਼ਾਂ ਦੇ ਜਨਮ ਦਿਨ ਤੇ ਗਏ, ਇੱਕ ਮਾਈ ਸਾਹਮਣੇ ਬੈਠੇ, ਫੁੱਟ ਫੁੱਟ ਕੇ ਇੰਨਾ ਰੋਈ, ਇੰਨਾ ਰੋਈ, ਮੈਂ ਦੇਖਦਾ ਰਿਹਾ। ਮੈਨੂੰ ਕਹਿੰਦੀ, ਬਾਬਾ ਜੀ ਜਦੋਂ ਤੁਸੀਂ ਧਾਰਨਾ ਪੜ੍ਹਦੇ ਸੀ ਨਾ, ਤੇ ਮੈਨੂੰ ਬਾਬਾ ਬਲਵੰਤ ਸਿੰਘ ਜੀ ਸਿਹੋੜੇ ਵਾਲਿਆਂ ਦੇ ਪ੍ਰਤੱਖ ਦਰਸ਼ਨ ਹੁੰਦੇ ਸੀ ਅੱਖੋਂ ਵਾਲੇ, ਅੱਜ ਵੀ ਨੇ। ਪਰ ਮੈਂ ਕੋਈ ਉਹਨਾਂ ਦਾ ਕਹਿੰਦੀ ਦੀਵਾਨ ਨਹੀਂ ਮਿਸ ਕੀਤਾ, ਹਰ ਇੱਕ ਦੀਵਾਨ ਤੇ ਜਾਣਾ ਤੇ ਕਿੰਨੀ ਕਿਰਪਾ। ਪਰ ਜਿਹੜੇ ਅੰਦਰੋਂ ਜੁੜੇ ਹੋਏ ਨੇ, ਜਿਹੜੇ ਜਿਹਨਾਂ ਦਾ ਅੰਦਰ ਤੱਪਿਆ ਹੋਇਆ ਥਰਿਆ ਹੈ, ਜਿਹਨਾਂ ਨੇ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕੀਤੀ ਹੈ, ਜਿਹਨਾਂ ਨੇ ਧੰਨ ਬਾਬਾ ਪੂਰਨ ਸਿੰਘ ਜੀ ਦੀ ਸੰਗਤ ਕੀਤੀ ਹੈ, ਉਹ ਕਿੰਨੇ ਭਾਗਾਂ ਵਾਲੇ ਹੋਣਗੇ। ਵੀਰ ਜੀ ਇੱਕ ਗ੍ਰੰਥੀ ਉਹ ਨਹੀਂ, ਗ੍ਰੰਥੀ ਸਿੰਘ ਜੀ ਦੀ ਸੇਵਾ ਹੈ। ਬਾਬਾ ਜੀ ਨੇ ਕਿੰਨਾ ਸਮਾਂ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬਾਂ ਦੀ, ਇਹਨਾਂ ਤੇ ਵੀ ਬੜੀ ਕਿਰਪਾ ਹੈ ਜੋ ਇੰਨਾ ਵੱਡਾ ਉਪਰਾਲਾ ਇਹਨਾਂ ਦੇ ਨਾਲ ਸਾਰੇ ਤੁਸੀਂ ਸਾਥ ਦਿੰਦੇ ਹੋ। ਸੱਚੇ ਪਾਤਸ਼ਾਹ ਇਹਨਾਂ ਦੇ ਸਿਰ ਤੇ ਮੇਲ ਭਰਿਆ ਹੱਥ ਰੱਖਣ, ਅੱਗੇ ਤੋਂ ਵੀ ਜਿੰਨੀਆਂ ਵੀ ਯਾਦਾਂ ਬਣਾਉਣੀਆਂ ਹੋਣ, ਕਿਰਪਾ ਹੋਵੇ, ਸਾਰੇ ਰੰਗ ਕੇ ਸਹਿਯੋਗ ਲਿਆ ਕਰੋ, ਕਿਉਂਕਿ ਤਨ ਮਨ ਧਨ ਦੇ ਨਾਲ ਹੀ ਸਾਡਾ ਸਹਿਯੋਗ ਹੈ। ਗੱਲ ਹੀ ਤਾਂ ਬਣਦੀ ਹੈ, ਤਨ ਕਰਕੇ ਵੀ ਸੇਵਾ ਕਰੀਏ, ਮਨ ਕਰਕੇ ਵੀ, ਧਨ ਕਰਕੇ ਵੀ ਸੇਵਾ ਕਰੀਏ। ਬੜੀ ਕਿਰਪਾ, ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ, ਸੱਚੇ ਪਾਤਸ਼ਾਹ ਕਿਰਪਾ ਕਰ, ਦਿਨ ਦੁੱਖਣੀ ਰਾਤ ਚੌਕਣੀ ਇਹਨਾਂ ਬੱਚਿਆਂ ਨੂੰ ਤਰੱਕੀ ਬਖਸ਼ਣ। ਦਾਸ ਨੂੰ ਇਹਨਾਂ ਨੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਕਿਹਾ ਹੋਇਆ ਸੀ,
कि आप जी ने इतिहास की पत्नी भाई कुलिंदर सिंह होना के नाल मेरी विचार हुई। बाबा मोदी जी इन्होंने कहा कि आप जी हाजरी भरे हो कि मैंने कहने कि असं आवे तो पांच सत सिंह आवे तो सदा पत्र नहीं लगवाए। मैं क्या साढ़े बापू का नाम तो हो गए तो साढ़े वालों की लोड़ ही नहीं, असं आप ही आ गए। क्यों तुम पहला तेल बचा के जाओगे? पांच सत सिंह जिन्हें बिजी भी हो कितने कार्य करने वाले हैं। मैं क्या तुम होर जिन मर्जी पत्र दे दो, मैं तुम हो नहीं कर दिता कि नहीं हो, क्योंकि साडा भी कुछ लगते हैं ना। बाबा ईश्वर सिंह महाराज उन्होंने का दिता खाने जरूरी नहीं कि पांच सत सिंह जान के असं ना ही फिर कि समा बने दास कितने याद किया दास फिर आज भी भरे दास को साज भी आपने नहीं सिया, क्योंकि मैं ड्यूटी वाले ज्यादा देखना सारे साज वगैरह उतर ही है यही बच्चिया के साज। चलो महाराज जिन्हें भी कृपा की है दास को सेवा नहीं है सच्चे पातशाह कृपा कर कोई उम्र हो गए जे कोई माड़ा बचन लग्या हो दास की चोली में बच कर चंगा लगे तो अपनी चोली में पा के लै जाए जी। मैंने बाबा मोदी जी का हुक्म होया कि एक ही जय जयकार ਤਾਂ ਬਾਬਾ ਈਸ਼ਰ ਸਿੰਘ ਜੀ ਦੇ ਨਾਮ ਦੀ ਕਰਕੇ ਉਪਰੰਤ ਅਰਦਾਸ ਕਰਦੇ ਨਹੀਂ ਹੈ। ਸਾਰੀ ਸੰਗਤ ਨੂੰ ਬੇਨਤੀ ਪਹਿਲਾਂ ਅਰਦਾਸ ਬੋਲੇਗਾ ਫਿਰ ਜਪਾ ਫਿਰ ਸਾਰੀ ਸੰਗਤ ਗੱਜ ਕੇ ਬੋਲਿਓ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਉਤਾਰ ਬੋਲ ਧੰਨਵਾਦ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਓ ਕਰਿਓ ਮੇਰੇ ਪਾਸ ਆਓ। हाजर नाजर जी के पाठ सोना करो करो नाम दान
ਸਿੱਧੀ ਦਾਰ ਸ਼ਾਂਤੀ ਵਤੀ ਪਾਤਸ਼ਾਹ ਗੁਰੂ ਆਸਰਾ ਗੁਰੂ ਦੇ ਨਿਰੰਤਰ ਹੱਥ ਰੱਖਣਾ, ਆਪਣੇ ਚਰਨਾਂ ਦੇ ਨਾਲ ਜੁੜੇ ਰੱਖਣਾ, ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਇਸ ਵੇਲੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਤਸ਼ਾਹ ਆਪ ਜੀ ਕੇ ਹਜ਼ੂਰ ਪੰਚਮ ਬੜਾ ਪ੍ਰਸ਼ਾਦੀਆਂ ਜੀਕਾ ਸਾਹਿਬ ਕੇ ਹਾਜ਼ਰ ਹੋਈਆਂ, ਆਪ ਜੀ ਕੇ ਹਜ਼ੂਰ ਬੜਾ ਪ੍ਰਸ਼ਾਦੀ ਦਾ ਥਾਲਾ ਸਾਹਿਬ ਕੇ ਹਾਜ਼ਰ ਹੋਇਆ, ਗੁਰੂ ਦੇ ਲੰਗਰ ਵਿੱਚੋਂ ਪ੍ਰਸ਼ਾਦੀ ਫਲ ਸੱਜ ਕੇ ਹਾਜ਼ਰ ਹੋਇਆ, ਆਪ ਜੀ ਕਿਰਪਾ ਕਰੋ ਹਰੀ ਪਾਤਸ਼ਾਹ ਸੋਚ ਪਵਿੱਤਰਾ ਮਨ ਲਾਭੋ ਹੋਕਾ ਨਾਏ ਆਪ ਜੀ ਭੋਗ ਲਾਭੋ ਪ੍ਰਸ਼ਾਦ ਛਕੋ ਬਖਸ਼ੇ ਹੁਕਮਨਾਮੇ ਦੇ ਚਲਦੇ ਬਲ ਉਹਦੇ ਬਖਸ਼ਵਰ ਸਹੀ ਪੈਰੇ ਮੇਲੋ ਜਿਹਨਾਂ ਵੇਲੇ ਆਪ ਜੀ ਦਾ ਨਾਮ ਚੇਤਾ ਕੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਆਸਨ ਕੋ ਹੁਕਮ ਹੈ ਖਾਲਸਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹ ਮਹਾਨ ਪਰਪਕਾਰੀ ਗ੍ਰੰਥਾਂ ਦੇ ਸਰੂਪ ਧੰਨ ਧੰਨ ਬਾਬਾ ਇਸ ਸ੍ਰੀ ਮਹਾਰਾਜ ਜੀ ਦਾ ਪੁੱਤਰ ਜਪਦਿਆ ਹੈ ਗੁਰੂ ਆਸਾ ਬਾਬ ਬੋਲੇ ਉਸ ਗੁਰਦੁਆਰਾ ਸਾਹਿਬ ਨੇ ਮਨਾਇਆ ਜਾ ਰਿਹਾ। ਸਾਡੇ ਬਹੁਤੇ ਸਤਿਕਾਰ ਜੋ ਭਾਈ ਸਾਹਿਬ ਭਾਈ ਜਵਿੰਦਰ ਸਿੰਘ ਜੀ ਨੇ ਕੀਰਤਨ ਦੁਆਰਾ ਬਾਬਾ ਜੀ ਦੀਆਂ ਸਾਖੀਆਂ ਸਾਨੂੰ ਸੁਣਾ ਕੇ ਯਾਦ ਕੀਤਾ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਸ਼ਕਤਸ਼ਾਲਾ ਹੈ ਬਾਬਾ ਜੀ ਦਾ ਜਨਮਦਿਨ ਮਨਾਉਣ ਦਾ ਪ੍ਰਾਰਥਨਾ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ। ਅੱਜ ਦੇ ਪਵਿੱਤਰ ਮਹਾਨ ਕੀਰਤਨ ਦਰਬਾਰ ਦੇ ਵਿੱਚ ਸਰਦਾਰ ਜਗਮੀਤ ਸਿੰਘ ਜੀ AIG ਪਟਿਆਲੇ ਤੋਂ ਪਹੁੰਚੇ ਹਨ। ਇਹਨਾਂ ਦੇ ਨਾਲ ਹੀ ਸਰਦਾਰ ਜੋਗਾ ਸਿੰਘ ਜੀ ਐਡਵੋਕੇਟ ਵੀ ਪਟਿਆਲੇ ਤੋਂ ਪਹੁੰਚੇ ਹਨ। ਗੁਰੂ ਆਸਾ ਬਾਬਾ ਕੋਲ ਜਿਉਂ ਆਖਿਆ ਜਾਂਦਾ ਹੈ ਸਰਦਾਰ ਦਰਸ਼ਨ ਸੰਗੂ ਪ੍ਰਧਾਨ ਗੁਰਦੁਆਰਾ ਸਿੰਘ ਸ਼ਿਕਾਮਾ ਮੰਦਰ ਅੱਡਾ ਰੈਪੁਰ ਤੋਂ ਪਹੁੰਚੇ ਹਨ। ਉਹਨਾਂ ਦੇ ਵੀ ਗੁਰੂ ਆਸਾ ਬਾਬਾ ਕੋਲ ਧੰਨਵਾਦ ਕੀਤਾ ਜਾਂਦਾ ਹੈ। ਗੁਰਸੇਵ ਸਿੰਘ ਜੀ ਮੱਲਾ, ਸੁਰਜੀਤ ਸਿੰਘ ਜੀ ਐਸਡੀਓ, ਰਵਿੰਦਰ ਸਿੰਘ ਜੀ ਮੁਕਲ, ਸਰਦਾਰ ਜੀਤ ਸਿੰਘ ਜੀ ਪ੍ਰੇਸਰ, ਸਤਿੰਦਰ ਸਿੰਘ ਸੰਗੂ ਅਤੇ ਸਰਦਾਰ ਪ੍ਰਭਦਿਆਲ ਸਿੰਘ ਜੀ ਪੰਜਾਬ ਜੋ ਸਵੇਰ ਸੇਵਾ ਸੁਧਾਰੀ ਦੇ ਪ੍ਰਧਾਨ ਹਨ, ਨਾਗੀ ਜੀ ਉਹਦੇ ਨਾਲ ਆਏ ਹਨ ਅਤੇ ਬਾਬਾ ਨੰਦ ਸਿੰਘ ਜੀ ਸਵੇਰ ਸਾਡੀ ਵੱਲੋਂ ਵੀ ਸਾਨੂੰ ਤਾਂ ਪਹੁੰਚੀਆਂ ਹਨ। ਪਰ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਮੁਖੀ ਇਸ ਜਿੱਥੋਂ ਅੱਜ ਪਹੁੰਚੇ ਹਨ ਗੁਰੂ ਆਸਾ ਬਾਬਾ ਨੂੰ ਸਭ ਦਾ ਹੀ ਸਭ ਨੂੰ ਹੀ ਜੀ ਆਖਿਆ ਜਾਂਦਾ। ਪਰਪਕਾਰੀ ਬਾਬਾ ਜੀ ਜਿਨ੍ਹਾਂ ਨੇ 13 ਚ 1913 ਨੂੰ ਪਿੰਡ ਝੋੜਾ ਨਗਰ ਵਿਖੇ ਉਤਾਰ ਧਾਰਿਆ, ਆਪ ਸਭ ਸੰਗਤਾਂ ਨੇੜੇ ਤੋਂ ਜਾਣੂ ਹਨ, ਪਰ ਫਿਰ ਵੀ ਝੋੜਾ ਪਿੰਡ ਨੂੰ ਜਦੋਂ ਬਹਿੰਦੇ ਜੀ ਬਾਬਾ ਨਾਨਕ ਸਿੰਘ ਮਾਤੇ ਝੋੜਾ ਪਿੰਡ ਗਏ ਉਸ ਥਾਂ ਰੇਤਰਾ ਟਿੱਬਾ ਕੋਈ ਚਾਜਰੀ ਡੰਡੀ ਵੀ ਨਹੀਂ ਸੀ ਜਾ ਰਹੀ, ਉਹ ਗੁਰਦੁਆਰਾ ਜਿੱਥੇ ਬਾਬਾ ਨਾਨਕ ਸਿੰਘ ਮਾਤੇ ਜਾ ਕੇ ਪਹਿਲਾਂ ਚਰਨ ਪਾਏ ਗੁਰਦੁਆਰਾ ਦਮਦਮਾ ਸਾਹਿਬ ਠਾਠ ਢਾਹੇ ਪਾਠ ਵੀ ਕਿਹਾ ਜਾਂਦਾ ਹੈ। ਉਹ ਠਾਠ ਦੇ ਵਿੱਚ ਪਹੁੰਚ ਕੇ ਉਹ ਸਥਾਨ 'ਤੇ ਪਹੁੰਚ ਕੇ ਬਾਬਾ ਜੀ ਨੇ ਆਸਣ ਲਾਇਆ ਅਤੇ ਨਾਲ ਹੀ ਪਿਆਰੇ ਬਾਬਾ ਸਿੰਘ ਮਾਤੇ ਜਾ ਖੱਤਾ ਆਇਆ ਜਿਹਨੂੰ ਖੂਹ ਕਹਿੰਦੇ ਹਨ, ਉੱਥੋਂ ਹੀ ਬਾਬਾ ਜੀ ਨੇ ਬਾਬਾ ਜੀ ਦਰਸ਼ਨ ਗਏ ਕੁਸ਼ਲ ਲੱਭੇ ਜੋ ਵੀ ਬਾਬਾ ਜੀ ਨੇ ਖੂਨ ਜੇ ਦੁੱਧ ਹੋ ਕੇ ਜੋ ਕਿ ਸਾਖੀਆਂ ਵਿੱਚ ਪੜ੍ਹ ਸਾਨੂੰ ਮਿਲਦਾ ਹੈ ਬਾਬਾ ਜੀ ਚਰਨ ਨੇ ਭੇੜਾ ਕੀਤਾ ਅਤੇ ਬਾਬਾ ਜੀ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਭੇੜਾ ਸਵਾਰ ਕੀਤੀ ਅਤੇ ਬਾਬੇ ਜੀ ਨੂੰ ਆਪਣਾ ਹੀ ਸੁਣਾ ਲਿਆ। ਇੱਕ ਉਹ ਠਾਠ ਸਭ ਤੋਂ ਪਹਿਲਾ ਠਾਠ ਹੈ ਜੋ ਬਾਬਾ ਜੀ ਦੇ ਪਿਆਰੇ ਜਨਮ ਸਥਾਨ ਜੋ ਪਵਿੱਤਰ ਜਨਮ ਸਥਾਨ ਬਾਬਾ ਜੀ ਅਤੇ ਬਾਬੇ ਜੀ ਨੇ ਤਾਂ ਧਾਰਿਆ ਉਹ ਬਾਬਾ ਜੀ ਦੇ ਘਰ ਹੈ, ਪਿੱਛੇ ਗਏ ਬਾਬਾ ਜੀ ਦਾ ਤੀਜਾ ਪਰਿਵਾਰ ਭਾਈ ਗੁਰਪਾਲ ਸਿੰਘ ਜੀ ਨੇ ਸੇਵਾ ਕਰਦੇ ਸਥਾਨ ਦੀ ਸਾਧਾ ਹੁਣੇ ਦਰਸ਼ਨ ਕਰਕੇ ਅੱਗੇ 26 ਮਾਰਚ ਦਾ ਬਹੁਤ ਤਕੜਾ ਪ੍ਰੋਗਰਾਮ ਹੁੰਦਾ ਹੈ ਬਾਬੇ ਜੀ ਘਰ ਦੇ ਵਿੱਚ। ਦੂਸਰਾ ਗੁਰਦੁਆਰਾ ਦਮਦਮਾ ਸਾਹਿਬ ਠਾਠ ਜਿੱਥੇ ਬਾਬਾ ਜੀ ਨੇ ਪਹਿਲਾਂ ਚਰਨ ਪਾਏ ਬਾਬਾ ਨਾਨਕ ਸਿੰਘ ਜੀ ਨੇ ਮਿਲਾਪ ਹੋਇਆ ਬਾਬੇ ਸ਼ਸ਼ੀ ਸਿੰਘ ਨਾਲ, ਅਤੇ ਤੀਸਰੀ ਠਾਠ ਹੈ ਜੋ 13 ਮੰਜ਼ਲੀ ਠਾਠ ਆਪਾਂ ਸਾਰੇ ਜਾਣਦੇ ਹਾਂ ਜਿੱਥੋਂ ਬਾਬਾ ਜੀ ਆਪ ਆਪਣੇ ਜਨਮ ਦਿਹਾੜੀ ਖੁਸ਼ੀ ਦਾ ਨਵੀਂ ਸਜਾ ਕੇ ਕਣਕੀ ਪਰਿਕਰਮਾ ਕਰਦੇ ਹੋਏ ਆਪਣੇ ਘਰ ਵਿੱਚ ਚਰਨ ਪਾ ਕੇ ਅਤੇ ਗੁਰਦੁਆਰਾ ਸੁਖ ਸੰਗਤ ਦੀ ਸਮਾਪਤੀ ਹੁੰਦੀ ਸੀ ਸੰਤ ਸੰਗਤਾਂ ਦੇ ਨਾਲ, ਉਹ ਗੁਰਦੁਆਰਾ 13 ਮੰਜ਼ਲਾ ਠਾਠ ਬਾਬਾ ਜੀ ਜਿੱਥੇ 7.5 ਸਾਲ ਬਾਬੇ ਨੇ ਤਪ ਕੀਤਾ। ਚੌਂਕਾ ਜਦੋਂ ਧੰਨ ਬਾਬਾ ਨੰਦ ਸਿੰਘ ਮਾਲੀ ਨੇ ਸੰਸਾਰ ਤੋਂ ਦੌੜਾ ਲੱਗ ਕੇ ਚਲੇ ਗਏ, ਉਦੋਂ ਬਾਅਦ ਬਾਬਾ ਜੀ ਇੰਨੇ ਬਰਾਤ ਦੇ ਵਿੱਚ ਆਏ ਤਾਂ ਨਾਨਕ ਸਾਹਿਬ ਧਰਤੀ ਤੋਂ ਇੱਕ ਪਾਸੇ ਹੋ ਕੇ ਝੋੜਾ ਪਿੰਡ ਉਸ ਥਾਂ 13 ਮੰਜ਼ਲਾ ਜਥਾਰ ਬਣਿਆ ਹੈ ਉੱਥੇ 7.5 ਲੱਖ ਤਪ ਕੀਤਾ ਅਤੇ ਸਾਡੇ 3 ਚਾਰਾਂ ਪਿੰਡਾਂ ਦੀ ਪੰਚਾਇਤ ਬਾਬਾ ਜੀ ਨੂੰ ਬੇਨਤੀ ਕਰਕੇ ਇਸ ਨਾਨਕ ਸਾਹਿਬ ਧਰਤੀ ਦੁਆਰਾ ਲੈ ਕੇ ਆਏ ਅਤੇ ਬਾਬਾ ਜੀ ਨੇ 50 ਦੇ ਵਿੱਚ ਪਹਿਲਾਂ 100 ਦੀ ਤਿਆਰੀ ਕੀਤੀ, ਫਿਰ ਉਹ ਠਾਠ ਦੀ ਤਿਆਰੀ ਕੀਤੀ ਸਾਰੀ, ਅਤੇ ਇਹਨਾਂ 9 ਮਹੀਨੇ ਦੇ ਅੰਦਰ ਅੰਦਰ ਬਾਬੇ ਨੇ ਸੋਹਣਾ ਠਾਠ ਆ ਜਿਹੜਾ ਬਣਾ ਕੇ ਤਿਆਰ ਕੀਤਾ ਸੋਨੇ ਦੇ ਬਾਅਦ ਚੜ੍ਹਾ ਦਿੱਤਾ। ਸੋ ਮਹਾਨ ਪਰਪਕਾਰੀ ਬਾਬਾ ਜੀ ਇੱਕ ਗੁਰਦੁਆਰਾ ਗੁਰਸਾਹਿਬ ਹੁੰਦਾ ਹੈ ਨਾ ਝੋਲਾ ਪਿੰਡ ਦੇ ਵਿੱਚ,
ਜਿੱਥੇ ਬਾਬਾ ਜੀ ਨੇ ਦੇਹਰਾਦੂਨ ਜਾਣ ਲੱਗਿਆ ਆਪਣੀ ਮਾਤਾ ਜੀ ਦੇ ਦਰਸ਼ਨ ਕੀਤੇ ਤੇ ਮਾਤਾ ਜੀ ਆਪਣੇ ਸਹੇਲੀਆਂ ਸਖੀਆਂ ਦਾ ਰਸਤਾ ਉਹ ਬਾਬੇ ਨੂੰ ਸਥਾਨ ਤੇ ਆਣ ਕੇ ਦਰਸ਼ਨ ਕੀਤੇ। ਉਹ ਗੁਰਦੁਆਰਾ ਬਹੁਤ ਸਾਗਰ ਗੁਰਦੁਆਰਾ ਹੈ ਜਿੱਥੇ ਬਾਬਾ ਜੀ ਨੇ ਆਪਣੀ ਮਾਤਾ ਜੀ ਦੇ ਨਾਲ ਜੋ ਵਾਰਤਾਲਾਪ ਕੀਤੀ ਆਪਣੀ ਦੇਹਰਾਦੂਨ ਜਾਣ ਲੱਗਿਆ। ਇੱਕ ਗੁਰਦੁਆਰਾ ਸੰਤ ਸਾਗਰ ਹੈ ਜਿੱਥੇ ਕਿ ਬਾਬਾ ਜੀ ਦਵਾ ਪਾਇਆ ਕਰਦੇ ਸਨ ਮੇਰੀ ਪ੍ਰਕਰਮਾ ਦੇ ਵਿੱਚ ਜਾ ਕੇ ਉੱਥੇ ਸਾਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਉਹ ਅੱਜ ਵੀ ਮਰਿਆਦਾ ਚੱਲੀ ਜਾਂਦੀ ਹੈ ਉੱਥੇ ਸਾਧ ਸੰਗਤ ਜੀ ਮੂਵ ਹੋਇਆ ਵੀ ਸਬਜ਼ੀ ਬਣ ਕੇ ਅੱਜ ਤੱਕ ਮੂਵ ਹੋਇਆ। ਦੇਖੋ ਕਿੱਦਾਂ ਤੱਕ ਹੁੰਦਾ ਹੈ ਅੱਜ ਤੱਕ ਉਹ ਮਰਿਆਦਾ ਵੀ ਪ੍ਰਚਾਰਿਤ ਹੁੰਦੀ ਉਸ ਦੇ ਮੈਂ ਵੀ ਦਰਸਾਇਆ ਜਾਂਦਾ ਹੈ ਕਿ ਬਾਬਾ ਜੀ ਨੇ ਹੋਰ ਵੀ ਠਾਠਾਂ ਬਣਾਈਆਂ ਪਰ ਜੋ ਭਾਵਾ ਡੈਮ ਮੁੱਖੀ ਥਾਂ ਜਿੱਥੋਂ ਕਿ ਬੋਲਣ 'ਚ ਨਿਕਲਦੀ ਹੈ ਨਾਮ ਸਭ ਮੁੱਖ ਕੇਂਦਰ ਬਣਾਇਆ। ਔਰ ਜਿਵੇਂ ਬਾਬਾ ਕਿਤੇ ਦੱਸ ਕੇ ਗਏ ਹਨ 7.5 ਲੱਖ ਪੁਰਾਣੇ ਉਮਰ ਸਗੈਰ ਕੋਈ ਮਾੜੀ ਮੋਟੀ ਗੱਲ ਨਹੀਂ। ਪਿੱਛੇ ਬਾਬਾ ਜੀ ਨੇ ਆਪਣੇ ਮੁਬਾਰਕ ਚੰਨ ਪਾਏ ਕੀ ਤਰਨਤਾ ਕੀ ਤਰਨਤਾ ਦੇ ਗੰਗਾ ਮਈ ਕੀ ਰਾਹਾਵਾਨ ਸਾਰੇ ਸਾਲਾਂ ਦੇ ਬਾਬਾ ਜੀ ਨੇ ਜਾ ਕੇ ਸਾਨੂੰ ਤੁਹਾਨੂੰ ਉਤਾਰਿਆ। ਇੱਕ ਵਾਰੀ ਬਾਬਾ ਜੀ ਗੰਗਾ ਦੇ ਕਿਨਾਰੇ ਜਾ ਰਹੇ ਸਨ ਤਾਂ ਬਾਬੇ ਨਾਲ ਬਾਬੇ ਸੰਗੀਤ ਸੀਗੇ ਅਤੇ ਪੰਡਤ ਤਾਂ ਆਪਾਂ ਸਭ ਜਾਣਦੇ ਹਾਂ ਪੰਡਤ ਕੀ ਕਰਦੇ ਆ ਕਹਿੰਦੇ ਲਓ ਜੀ ਗੰਗਾ ਮਈ ਨੂੰ ਭੋਗ ਲਵਾਓ ਤਾਂ ਉਹ ਗੜਕੀ ਦੇ ਵਿੱਚ ਥੋੜ੍ਹਾ ਦੁੱਧ ਪਾ ਕੇ ਆਪਾਂ ਦੇ ਦਿੰਦੇ ਹਾਂ ਡੋਲੀ ਗੰਗਾ ਨੂੰ ਭੋਗ ਲਵਾ ਲਓ। ਧੰਨ ਪਿਆਰੇ ਬਾਬਾ ਜੀ ਮਹਾਰਾਜ ਨੇ ਕੀ ਕੀਤਾ ਗੜਕੀ ਫੜੀ ਪੰਡਤ ਸਣੇ ਦੁੱਧ ਚੱਕ ਕੇ ਗੜਕੀ ਜੀ ਗੰਗਾ ਦੇ ਵਿੱਚ ਭਰਾ ਕੇ ਲਾ ਦਿੱਤਾ। ਪੰਡਤ ਨੂੰ ਬੜਾ ਨਿਰਾਸ਼ ਹੋਇਆ ਕਹਿੰਦਾ ਮਹਾਰਾਜ ਜੀ ਇਹ ਤਾਂ ਮੇਰੀ ਜ਼ਿੰਮੇਵਾਰੀ ਆ ਨਿਵਾਸ ਜਾਂਦਾ ਵੀ ਗੜਕੀ ਤੇ ਲੋਕ ਤਾਂ ਦੁੱਧ ਪਾਉਂਦੇ ਨੇ ਤੁਸੀਂ ਸਣੇ ਗੜਕੀ ਚੱਕ ਕੇ ਗੰਗਾ ਦੇ ਵਿੱਚ ਮਾਰੀ। ਪੰਡਤ ਨਿਰਾਸ਼ ਹੋ ਗਿਆ। ਬਾਬਾ ਜੀ ਕਹਿੰਦੇ ਪੰਡਤ ਜੀ ਸਾਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਲੋਕਾਂ ਦੇ ਸਦਾ ਛੱਡਣਾ ਜਾਂਦੇ ਹੋ ਤਾਂ ਕਿਵੇਂ ਛੱਡਦੇ ਹੋ? ਘਰ ਦਾ ਪੋਚਾ ਲਵਾਉਂਦੇ ਨੇ ਵਿਛਾਈ ਕਰਾਉਂਦੇ ਨੇ ਚੰਗੇ ਚੰਗੇ ਪਦਾਰਥ ਕਹਿ ਕੇ ਤਿਆਰ ਕਰਵਾਉਂਦੇ ਹੋ ਪੂਰਾ ਬੰਦ ਬਣਾ ਕੇ ਪੂਰੀ ਥਾਂ ਨੂੰ ਸਜਾ ਕੇ ਪ੍ਰਸ਼ਾਦਾ ਛੱਡਦੇ ਹੋ ਕਿ ਗੰਗਾ ਮਾਈ ਐਵੇਂ ਬਿਨਾਂ ਗੜਕੇ ਦੁੱਧ ਕਿਵੇਂ ਪੀ ਲੋਗੀ? ਬਾਬੇ ਜੀ ਪੰਡਤ ਸੋਚੀ ਪਾਈ ਤੇ ਪੰਡਤ ਜੀ ਆਏ ਨੀ ਆਏ ਭੋਗ ਲਗਾਇਆ ਜਾਂਦਾ। ਬਾਬੇ ਜੀ ਮਰਿਆਦਾ ਚ ਨਹੀਂ ਭੱਜਿਆ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਾਦੇ ਦਾ ਥਾਲ ਕਰਨ ਦਾ ਨਾਮ ਕਰਨ ਦਾ ਲੱਗਦਾ ਚਾਹੇ ਕਈ ਸੰਸਥਾ ਵਾਲੇ ਜਾਂ ਕੋਈ ਹੋਰ ਮਨ ਵਰਗੇ ਜਾਂ ਆਪਾਂ ਕਹਿ ਦਈਏ ਜਾਂ ਹੋਰ ਸੰਸਥਾ ਵਾਲੇ ਇਹਨਾਂ ਦੀ ਨਿੰਦਿਆ ਵੀ ਕਰਦੇ ਆ ਨਹੀਂ ਜੇ ਤਾਂ ਹੋ ਸਕਦਾ ਐਂ ਨਹੀਂ ਹੋ ਸਕਦਾ ਪਰ ਜਿਵੇਂ ਬਾਬਾ ਜੀ ਨੇ ਆਖਿਆ ਵੀ ਭਾਵਨਾ ਹੋਣੀ ਚਾਹੀਦੀ ਹੈ ਭਾਵਨਾ ਭਾਵਨਾ ਦਾ ਪ੍ਰਸ਼ਾਦੇ ਦਾ ਥਾਲ ਕਰਦਾ ਅਤੇ ਬਾਬੇ ਜੀ ਨੇ ਰਹਿਦਾ ਰਵੇ ਚਲਾਏ ਨਾ ਫਿਰ ਸੰਪਰਦਾ ਦੇ ਅੰਦਰ ਗੁਰੂ ਸਾਹਿਬ ਨੇ ਜੋ ਵਿਛਾਈ ਆਪ ਸਭ ਬਾਬਾ ਜੀ ਦੱਸਿਆ ਕਿੰਨੇ ਤਰ੍ਹਾਂ ਦੀ ਵਿਛਾਈ ਕਿੰਨੇ ਤਰ੍ਹਾਂ ਕੋਣਾ ਕਸਾ ਗੁਰੂ ਸਾਹਿਬ ਨੂੰ ਲੱਗਦਾ ਹੈ ਸਮੇਂ ਦੇ ਹਿਸਾਬ ਨਾਲ ਆਪਾਂ ਹੀ ਵਸਤਰ ਸਮੇਂ ਦੇ ਅਨੁਸਾਰ ਪਾਉਂਦੇ ਹਾਂ। ਮੈਂ ਸਾਨੂੰ ਤਾਂ ਬੜਾ ਟਾਈਮ ਨਹੀਂ ਲੈਂਦਾ ਪਰ ਫਿਰ ਵੀ ਮਨ ਦੇ ਵਿੱਚ ਕਿਉਂਕਿ ਦਾਸ ਹੋਵੇ ਨਾਮ ਸਰ ਦੇ ਨਾਲ ਸਨੇਹ ਪਿਆਰ ਬਾਬਾ ਜੀ ਨੇ ਜੋ ਪੂਰਨਮਾਸ਼ੀਆਂ ਜਾਂ ਬਾਬੇ ਜਨਮ ਦਿਹਾੜੇ ਹੁੰਦੇ ਨੇ ਵਾਸੀਆਂ ਹੁੰਦੇ ਨੇ ਸਾਡੇ ਭਾਈ ਸੁਖਨਾਮ ਸਿੰਘ ਨੇ ਬੈਠੇ ਨੇ ਜਿਨ੍ਹਾਂ ਨੇ ਮੈਨੂੰ ਪਾਸੇ ਲਾਇਆ ਅਤੇ ਇਹਨਾਂ ਪਾਸੋਂ ਸਤਿ ਪਾਸੇ ਬਾਬੇ ਸਾਖੀਆਂ ਹੀ ਸੁਣਦੇ ਰਹਿੰਦੇ ਹਨ। ਬਾਬਾ ਸਗੇ ਜੀ ਸੇਵਾ ਕਰਦੇ ਰਹਿੰਦੇ ਹੈ ਉਹਨਾਂ ਨੇ ਬਾਬੇ ਨੂੰ ਸਾਖੀਆਂ ਰਹਿਣੇ ਕਿਉਂ ਜੋ ਬਾਬੇ ਨਾਲ ਰਹੇ ਨੇ ਸਹੀ ਸਾਖੀਆਂ ਤੋਂ ਹੀ ਸੁਣਾ ਸਕਦੇ ਨੇ ਜਿਹਨਾਂ ਬਾਬੇ ਨਾਲ ਰਹਿ ਕੇ ਆਪਣਾ ਜੀਵਨ ਬੀਤ। ਸੋ ਪਰਪਕਾਰੀ ਮਹਾਂਪੁਰਸ਼ ਬਾਬਾ ਈਸ਼ਵਰੀ ਮਹਾਰਾਜ ਨੇ ਕਿੰਨੇ ਪਰਪਕਾਰ ਕੀਤੇ ਉਹ ਦੱਸੇ ਨਹੀਂ ਜਾ ਸਕਦੇ। ਸੋ ਪੰਡਿਤ ਜੀ ਕਹਿਣ ਲੱਗਾ ਮਹਾਰਾਜ ਮੇਰਾ ਨੁਕਸਾਨ ਹੋਗਾ ਮੇਰਾ ਨੁਕਸਾਨ ਕਰੋ ਮੇਰੀ ਤਾਂ ਜਗਾਰੀ ਗੜਬੀ ਨਾਲ ਚੱਲਦੀ ਆ ਸਾਡੇ ਕੋਲ ਜ਼ਿਆਦਾ ਨਹੀਂ ਹੁੰਦਾ ਤਾਂ ਬਾਬਾ ਜੀ ਨੇ ਗੁਰਦਾਰ ਸਾਹਿਬ ਵੱਲ ਇਸ਼ਾਰਾ ਕੀਤਾ ਵੀ ਭਾਈ ਗੁਰਦਾਰ ਸਾਹਿਬ ਮਨਾਏ ਜਾ ਰਹੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਚ ਪੁੱਜੀ ਸਮੁੱਚੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਤੇ ਸਮੂਹ ਜਥੇਬੰਦੀਆਂ ਦੇ ਮੁਖੀ ਤੇ ਖਾਸ ਕਰਕੇ ਸਾਡੇ ਆਈ ਜੀ ਸਾਹਿਬ ਜਿਹੜੇ ਸਾਡੇ ਬੱਚੇ ਆਈ ਜੀ ਸਾਹਿਬ ਪਹੁੰਚੇ ਨੇ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਵਿਸ਼ਕਰਮਾ ਭਵਨ ਦੇ ਅੰਦਰ ਮਨਾਏ ਜਾ ਰਹੇ ਸਮਾਗਮ ਦੀ ਜਿੱਥੇ ਵਧਾਈ ਮੈਂ ਆਪਦੇ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਹੈੱਡ ਗ੍ਰੰਥੀ ਮੋਤੀ ਵੀਰ ਜੀ ਉਹਨਾਂ ਅਤੇ ਉਹਨਾਂ ਦੇ ਜਥੇ ਨੂੰ ਦੇਵਾਂ। ਉੱਥੇ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਜਿੰਨੇ ਵੀ ਸਹਿਯੋਗੀ ਸੱਜਣ ਨੇ ਕਿਉਂਕਿ ਸਾਰਿਆਂ ਦਾ ਨਾਮ ਨਹੀਂ ਲਿਆ ਜਾ ਸਕਦਾ ਸਟੇਜ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਾਂ ਤੇ ਕੋਸ਼ਿਸ਼ ਕਰਿਆ ਕਰੀਏ ਕਿ ਜਿਹੜੇ ਵੀ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਦੀ ਜਾਲ ਵਿੱਚ ਜੁੜੀਆਂ ਸੰਗਤਾਂ ਨੂੰ ਇਹੋ ਜਿਹੇ ਉਪਰਾਲੇ ਕਰਦੇ ਨੇ ਭਾਈ ਸਾਹਿਬ ਉਹਨਾਂ ਨੇ ਕੀਰਤਨ ਕਰਦਿਆਂ ਵੀ ਇਹ ਬੇਨਤੀਆਂ ਕਰੀਆਂ ਕਿ ਆਪਾਂ ਤਨ ਮਨ ਧੰਨ ਦੇ ਨਾਲ ਉਹਨਾਂ ਦਾ ਸਹਿਯੋਗ ਕਰਿਆ ਕਰੀਏ। ਸੋਈ ਘੜੀ ਸਲੱਕੜੀ ਜੋ ਸਾਹਿਬ ਨਾਲ
ਪ੍ਰੀਤ ਮੈਂ ਤਹਿ ਦਿਲੋਂ ਧੰਨਵਾਦ ਕਰਾਂ ਇਸ ਗੁਰੂ ਆਸਰਾ ਕਲੱਬ ਦਾ ਤੇ ਵੀਰਾਂ ਨੂੰ ਜਦੋਂ ਵੀ ਕਿਤੇ ਵੈਲਫੇਅਰ ਕੌਂਸਲ ਵੱਲੋਂ ਜਾਂ ਵਿਸ਼ਕਰਮਾ ਮੰਦਰ ਗੁਰਦੁਆਰਾ ਸਾਹਿਬ ਵੱਡਾ ਰਾਜਕੋਟ ਵੱਲੋਂ ਕੋਈ ਸੇਵਾ ਦਾ ਸੱਦਾ ਦਿੱਤਾ ਜਾਂਦਾ ਮੈਂ ਸਮਝਾਂ ਕਿ ਜਿੱਦਾਂ ਹਰਸ਼ ਉਦਾਸ ਤੇ ਉਤਸ਼ਾਹ ਨਾਲ ਸੰਗਤਾਂ ਦੀ ਤੇ ਗੁਰੂ ਸਾਹਿਬ ਦੀ ਤਹਿਤ ਸੇਵਾ ਕਰਿਆ ਕਰਦੇ ਨੇ ਕਾਬਲੇ ਤਾਰੀਫ ਹੈ ਧੰਨ ਧੰਨ ਬਾਬਾ ਈਸ਼ਰ ਸਿੰਘ ਉਹਨਾਂ ਦੀ ਮਿਹਰ ਇਹਨਾਂ 'ਤੇ ਝਲਕ ਰਹੀ ਹੈ ਜਿਸ ਤਰ੍ਹਾਂ ਇਹਨਾਂ ਨੇ ਸਮਾਗਮ ਇੰਨੇ ਸੁਚੱਜੇ ਢੰਗ ਨਾਲ ਪ੍ਰਬੰਧ ਕਰਕੇ ਮਨਾਏ ਨੇ ਤੇ ਸੰਗਤਾਂ ਨੇ ਲਾਹਾ ਲਿਆ ਆਪਾਂ ਅਰਦਾਸਾਂ ਬੇਨਤੀ ਕਰ ਸਕਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਤੇ ਬਾਬਾ ਜੀ ਦੇ ਦਿਹਾੜੇ 'ਤੇ ਪੁੱਜੀ ਜਿੰਨੀ ਵੀ ਸੰਗਤਾਂ ਮੈਂ ਧੰਨਵਾਦ ਕਰਾਂ ਕਿਉਂਕਿ ਜਿਹੜੇ ਸਾਥੀ ਸਾਡੇ ਸਰਦਾਰ ਹਰਮਨ ਸਿੰਘ ਸੀਰਾ ਜੀ ਬੋਲ ਰਹੇ ਸਨ ਜਿੱਥੇ ਉਹ ਗੁਰਦੁਆਰਾ ਸਾਹਿਬ ਵਿੱਚ ਮੁੱਖ ਪ੍ਰਬੰਧਕ ਦੀ ਸੇਵਾ ਨਿਭਾ ਰਹੇ ਨੇ ਉੱਥੇ ਸਾਡੇ ਬਲਾਦਰੀ ਦੇ ਅੱਜ ਦੇ ਮੌਜੂਦਾ ਪ੍ਰਧਾਨ ਨੇ ਵੈਲਫੇਅਰ ਕੌਂਸਲ ਜਗਰਾਉਣ ਦੇ ਸਾਡੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ ਜੀ ਉਹਨਾਂ ਦੇ ਸਾਥੀ ਐਸ ਡੀ ਓ ਸੁਰਜੀਤ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਸਾਡੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਸਾਡੇ ਸਾਥੀ ਧਨੋਧਨ ਸਿੰਘ ਸੀਰਾ ਜੀ ਸਤਵਿੰਦਰ ਸਿੰਘ ਪਲੇਸਰ ਜੀ ਹਰਪਾਲ ਸਿੰਘ ਪਲੇਸਰ ਜੀ ਕਰਨੈਲ ਸਿੰਘ ਪਲੇਸਰ ਜੀ ਸਾਰੀਆਂ ਜਿਹੜੀਆਂ ਸਮੁੱਚੀਆਂ ਸੰਗਤਾਂ ਇਸ ਭਵਨ ਵਿੱਚ ਸੇਵਾ ਲਗਾਉਂਦੀਆਂ ਨੇ ਮੈਂ ਸਾਰਿਆਂ ਨੂੰ ਵਧਾਈ ਦੇਵਾਂ ਇਸ ਗੱਲ 'ਤੇ ਸਮੁੱਚੀ ਸੰਗਤ ਨੂੰ ਕਿ ਆਪਾਂ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਕਰਿਆ ਕਰੀਏ ਕਿਉਂਕਿ ਕਈ ਵਾਰੀ ਬੁਲਾਰੇ ਬੋਲਦੇ ਬੋਲਦੇ ਕਹਿ ਦਿੰਦੇ ਕਿ ਤੁਸੀਂ ਰਸੀਵੇ ਆ ਭਰੇ ਸਮੇਂ 'ਚੋਂ ਉਹ ਸਮਾਂ ਕੱਢ ਕੇ ਅਤੇ ਦਰਸ਼ਨ ਦਿੱਤੇ ਆ ਤੁਹਾਡਾ ਧੰਨਵਾਦ ਨਹੀਂ ਉਹ ਰਝੇਵਿਆਂ ਭਰਾ ਜਿਹੜਾ ਆਪਾਂ ਜਿਹਨੂੰ ਸਮਾਂ ਕਹਿੰਦੇ ਹਾਂ ਉਹ ਪਰਿਵਾਰਕ ਸਮਾਂ ਅਸਲੀ ਸਮਾਂ ਤਾਂ ਉਹੀ ਹੈ ਆਹੀ ਘੜੀਆਂ ਨੇ ਜਿਹੜੀਆਂ ਆਪਾਂ ਇੱਥੇ ਲਾਈ ਬਾਣੀ ਦਾ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੀਆਂ ਵਿਚਾਰੀਆਂ ਨੇ ਵਡਬੁੱਲੀਆਂ ਘੜੀਆਂ ਨੇ ਅਤੇ ਸਤਿਗੁਰੂ ਰਹਿਮਤ ਕਰਦੇ ਇਸੇ ਤਰ੍ਹਾਂ ਮੇਰੇ ਭਾਈ ਸਾਹਿਬ ਮੋਤੀ ਜੀ ਹੋਣੀ ਅਤੇ ਇਹਨਾਂ ਦਾ ਸਮੁੱਚਾ ਗਰੁੱਪ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਉਪਰਾਲੇ ਕਰਦਾ ਰਹੇ ਸੰਗਤਾਂ ਚੱਲ ਪਾਉਂਦੀਆਂ ਰਹਿਣ ਅਤੇ ਸਮੁੱਚੇ ਪ੍ਰਬੰਧਕਾਂ ਦਾ ਜਿੱਥੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਪਹੁੰਚੀਆਂ ਸਮੁੱਚੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਾਂ ਉੱਥੇ ਗੁਰੂ ਰੂਪ ਸਾਹਿਬ ਸਾਹਿਬ ਦਾ ਵੀ ਧੰਨਵਾਦ ਕਰਾਂ ਬਹੁਤ ਬਹੁਤ ਧੰਨਵਾਦ ਜੀ ਫਤਿਹ ਅੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵੀਰ ਨੇ ਸਾਡੇ ਨੌਜਵਾਨ ਪੀੜ੍ਹੀ ਨੂੰ ਇਹ ਸੇਧ ਦਿੱਤੀ ਕਿਉਂਕਿ ਆਪਾਂ ਦੇਖਦੇ ਹਾਂ ਵੀ ਜਿਹੜੀਆਂ ਗੁਮਾਂ ਆਪਣੇ ਵੱਡੇ ਵੱਡਿਆਂ ਦੇ ਯਾਦਾਂ ਭੁੱਲ ਜਾਂਦੇ ਆ ਬਿਖਰ ਜਾਂਦੀਆਂ ਸੋ ਸਮਾਂ ਬਹੁਤ ਚੱਲ ਚੁੱਕਾ ਮੈਂ ਬੇਨਤੀ ਕਰਾਂ ਭਾਈ ਜਗਤ ਸਿੰਘ ਜੀ ਨੂੰ ਸਟੇਜ 'ਤੇ ਆ ਕੇ ਆਪਣਾ ਮਾਣ ਸਮਾਂ ਲੈ ਕੇ ਜਾਣ ਗੁਰੂ ਗ੍ਰੰਥ ਸਾਹਿਬ ਦਾ ਪੁੰਨਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਪਰਿਵਾਰ ਦੇ ਵਿੱਚੋਂ ਬਾਬਾ ਚੰਦ ਸਿੰਘ ਜੀ ਨੂੰ ਵੀ ਗੁਰੂਆਂ ਸਾਹਿਬ ਤੋਂ ਸਨਮਾਨ ਕੀਤਾ ਜਾਣਾ ਹੈ ਸਾਡੇ ਬਹੁਤ ਚੰਗੇ ਕੰਮ ਹੈ ਕਿ ਆਪਾਂ ਕੀਤੀ ਸਮਾਂ ਕੱਢ ਕੇ ਹਾਜ਼ਰੀਆਂ ਲਾਉਂਦੇ ਹਾਂ ਬੋਲੇ ਸੋਨਿਆ ਪਰ ਮੈਂ ਬੇਨਤੀ ਕਰਾਂਗਾ ਬਾਬਾ ਮੋਹਨ ਸਿੰਘ ਸੱਗੂ ਨੂੰ ਵੀ ਸਟੇਜ 'ਤੇ ਆ ਕੇ ਆਪਣਾ ਮਾਣ ਸਮਾਨ ਲੈ ਜਾਣ ਸਾਡੇ ਭਾਈ ਦਰਸ਼ਨ ਸਿੰਘ ਸੱਗੂ ਪਹੁੰਚੇ ਹਨ ਉਹਨਾਂ ਨੂੰ ਬੇਨਤੀ ਕਰਾਂਗੇ ਸਟੇਜ ਜਾ ਕੇ ਆਪਣਾ ਮਾਣ ਸਮਾਨ ਲੈ ਕੇ ਜਾਣ ਸਾਡੇ ਭਾਈ ਜੀ ਵੱਲੋਂ ਪਰਮ ਮੋਤੀ ਨੂੰ ਸ਼ੀਰ ਦਿੱਤਾ ਜਾਂਦਾ ਹੈ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮੈਂ ਬੇਨਤੀ ਕਰਾਂਗਾ ਸਾਡੇ ਵੀਰ ਹਰਿੰਦਰ ਸਿੰਘ ਜੀ ਜੋ ਸੰਗਤਾਂ ਨੂੰ ਬਾਬਾ ਜੀ ਅੰਦਰ ਜੰਗ ਵਧਾਈ ਦੇ ਗਏ ਹਨ ਸਟੇਜ 'ਤੇ ਆ ਜਾਣ ਇਹਨਾਂ ਦਾ ਵੀ ਦਿਲੀ ਪਿਆਰ ਹੈ ਮੁਕਤੀ ਨਾਲ ਕਹੋ ਸਾਡਾ ਇੱਕ ਵੱਖਰਾ ਹੀ ਬਿਮਾਰੀ ਆ ਜਨਮ ਦਿਹਾੜਾ ਮਨਾ ਰਹੇ ਹਾਂ ਉਸ ਦੇ ਵਿੱਚ ਬਾਬਾ ਫਾਕੀ ਮੋਤੀ ਆਪਣੇ ਸਾਥੀਆਂ ਆਪਣੇ ਸੇਵਾ ਕਰ ਪਹੁੰਚਦਾ ਬਹੁਤ ਬਹੁਤ ਧੰਨਵਾਦ ਜੀ ਜੋ ਕੌਂਸਲ ਦੇ ਜੋ ਗਿਆਨਸੀ ਹਨ ਮੈਂ ਆਪਣਾ ਮਾਣ ਸਨਮਾਨ ਇਸ ਵੀਰ ਨੂੰ ਦਿੰਦਾ ਹਾਂ ਕਿਰਪਾ ਕਰਕੇ ਬੋਲੇ ਸੋ ਰਿਹਾ ਅੱਜ ਜੋ ਮਾਨ ਮਹਾਂ
ਕਰੀ ਮਹਾਂਪੁਰਸ਼ ਆਪਾਂ ਜਨਮਦਿਨ ਮਨਾ ਰਹੇ ਹਾਂ, ਉਹਨਾਂ ਨੇ ਬਾਬਾ ਜੀ ਨੰਦ ਸਿੰਘ ਦਾ ਬਚਨ ਇੰਨਾ ਕੁ ਮੰਨਿਆ ਤੋਂ ਸੰਗਰੂਰ ਤੋਂ ਫਿਰੋਜ਼ਪੁਰ ਤੋਂ ਸੰਗਤਾਂ ਚੱਲ ਕੇ ਬਾਬੇ ਦੇ ਪਿਆਰ ਦੇ ਵਿੱਚ ਆਉਣੀਆਂ ਸਟੋਰਾਂ ਨੂੰ ਪਹੁੰਚੀਆਂ। ਸੋ ਸਾਡੀ ਉਹਦੇ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਬੋਲੇ ਮੇਰੇ ਵੀਰ ਬੋਲੇ ਆਪਾਂ ਮੋਹਨ ਸਿੰਘ ਜੀ ਸੰਗੂ ਗੁਰਸੇਵ ਸਿੰਘ ਜੀ ਮੱਲਾ ਜਗਵੀਰ ਸਿੰਘ ਜੀ ਸੀਰਾ ਹਰਵਾਰ ਸਿੰਘ ਜੀ ਸੀਰਾ ਸਰਦਾਰ ਭਗਵਾਨ ਸਿੰਘ ਸਤਿਕਾਰ ਕਰਦੇ ਹੋਏ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਮੋਹਨ ਸਿੰਘ ਸੰਗੂ ਜੀ ਸਰਦਾਰ ਹਰਮ ਸਿੰਘ ਸੀਰਾ ਜੀ ਸੇਵਕ ਸਿੰਘ ਮੱਲਾ ਜੀ ਸੁਖਵਿੰਦਰ ਸਿੰਘ ਪ੍ਰੇਸਰ ਜੀ ਅਤੇ ਸਮੁੱਚੇ ਸਾਥੀ ਬੋਲੇ ਜੀ ਅਤੇ ਇਹਨਾਂ ਦੀ ਗਾਈਡੈਂਸ ਵੀ ਆ। ਮੈਂ ਤੁਹਾਨੂੰ ਆਦਰ ਕਰਾਂ ਸਮੁੱਚੇ ਸਾਥੀਆਂ ਦਾ ਅਤੇ ਸਮੁੱਚੀ ਸੰਗਤ ਦਾ ਜਿਨ੍ਹਾਂ ਨੇ ਅੱਜ ਦੇ ਇਸ ਦਿਹਾੜੇ 'ਤੇ ਇਹਨਾਂ ਦਾ ਸਤਿਕਾਰ ਕੀਤਾ। ਬੋਲੇ ਜੀ ਸੋਨਿਆ
ਉਹਨਾਂ ਦੇ ਮਨ ਦੇ ਵਿੱਚ ਆਪਣੇ ਪ੍ਰਧਾਨ ਕਹਿ ਲਓ, ਕੁਆਂਟਰ ਕਹਿ ਲਓ, ਮੁਖੀਆ ਕਹਿ ਲਓ, ਇਹ ਬਾਬਾ ਵੱਲੋਂ ਪਰਮਜੀਤ ਮੋਦੀ ਨੂੰ ਸਨਮਾਨ ਕੀਤਾ ਜਾਣਾ ਹੈ ਜੀ। ਆਓ ਤਾਂ ਕਿ ਆਪਾਂ ਰਲ ਲੈ ਕੇ ਅੱਗੇ ਵੀ ਇਕੱਠੇ ਹੋ ਕੇ ਇਹੋ ਜਿਹੇ ਪ੍ਰੋਗਰਾਮ ਬਣਾਈਏ ਅਤੇ ਸੰਗਤ ਦਾ ਸੰਗਤ ਦਾ ਉਲਾਹਾ ਦੇਈਏ। ਬੋਲੇ ਸੋ ਨਿਹਾਲ ਸ੍ਰੀ ਅਕਾਲ।